अस्सलाम वालेकुम। असी जनाब आज आया है जनाब मार मोहम्मद इस्लाम खान खारे दे देरे ते जनाब एदा तुसी प्रोग्राम सुनाओ। आए तुहानू एक किस्म दी सुनी जी गल ते बात ते कहानी सुना रहे जी मलक इस्लाम। ओ गुजारिश है ना भाई दो बिरा ना दो बिरा। अच्छा तो एक बिरा परने वा एक बिरा कुवारा। अच्छा अल्लाह दा जनाब करना है बणया जेड़ा परने वा इना दी समाणी आ के कार बमाई नी जेड़ा ना तू ਐਸ ਬਿਰਾਤ ਐਸ ਪਿਓ ਤੇ ਮੇਰਾ ਜੁੰਡਾ ਛੁੜਾ ਗਿਆ। ਅੱਛਾ ਮੈਂ ਇਹਨਾਂ ਇਹਨਾਂ ਦੀਆਂ ਰੋਟੀਆਂ ਪਕਾਉਣੀਆਂ ਨਾ ਇਹਨਾਂ ਦੇ ਮੈਂ ਕੱਪੜੇ ਧੋਣੇ ਮੈਂ ਕੋਈ ਕੰਮ ਹੀ ਨਹੀਂ ਬਿਰਾ ਬੜਾ ਤੰਗ ਹੋ ਗਿਆ। ਅਖੀਰ ਬਿਰਵਾਨ ਬਿਰਾ ਨੂੰ ਸਾ ਕਹਿਣ ਕਾ ਬਿਰਾ ਆਪਣਾ ਨਹੀਂ ਠਕਾਰ ਮਾਲ ਮੇਰੇ ਕੋਲ ਵਲਾ ਹੈ ਤੇ ਹਰ ਸ਼ਲਾ ਹੈ ਮੇਰੇ ਕੋਲ ਹੋ ਸਕਦਾ ਠੀਕ ਹੈ ਉਹਦਾ ਗੱਦਾ ਮੁਰਮਾ ਭੋਜਾ ਤੇਰੇ ਸਿੱਧਾ। ਅੱਛਾ ਸੋਲਾ ਮੱਝੀ ਤੇਰੇ ਸਿੱਧੀਆਂ ਜੋਗ ਦਾਂਦੇ ਤੇਰੇ ਸਿੱਧੀ। ਅੱਛਾ ਤੇ ਦੋ ਘੋੜੀਆਂ ਇੱਕ ਘੋੜੀ ਤੇਰੇ ਸਿੱਧੀ। ਅੱਛਾ ਆਹ ਲਾਰਾ ਆਪਣਾ ਪਾਸੇ ਹੋ ਜਾਣਾ। ਅੱਛਾ ਉਹਦਾ ਕਿ ਕਰ ਬਿਰਾ ਸਲਾਹ ਕਰ ਲਈ ਦਮੀ ਦਮੀ ਮੈਂ ਦੇ ਸਕਦੇ ਨੇ ਠੀਕ ਹੈ ਨਹੀਂ ਹੋ ਗਿਆ ਜਨਾਬ ਆ ਗਿਆ ਸਕੇ ਇੱਕ ਪਾਸੇ ਮੇਰਾ ਪਿਓ। ਅੱਛਾ ਇੱਕ ਪਾਸੇ ਇਹ ਸਭ ਮੁਰਬਾ ਬੋਝਾ ਤੇ ਮਾਲ ਤੇ ਦਾਨ ਤੇ ਗੋੜੀਆਂ ਹਰ ਛਾ ਜਾਣਾ। ਵਾਹ ਤੇ ਤੂੰ ਇਸ ਦੀ ਅਸੇ ਚੁਣੀ ਚੋਣ ਲਾ। ਅੱਛਾ ਉਸ ਨੇ ਸਕੇ ਜਣ ਮੈਂ ਤਾਂ ਸਵਾਣੀ ਕੋਲ ਗਿਆ ਸਵਾਣੀ ਤੋਂ ਪੁੱਛਿਆ ਨਹੀਂ ਕਾਗ ਬਜੜਾ ਨਾ ਮਿਹਨਤ ਮਾਰ ਕੇ ਮੈਂ ਦੱਸ। ਅੱਛਾ ਉਹਦਾ ਕਿ ਇਨਕਾਰ ਸਨ ਪਿਓ ਤੇਰੇ ਦੀ ਕਿਹੜੀ ਲੋੜ ਹੈ ਤੇਰੇ ਫਿਰਾਦ ਦੀ ਕਿਹੜੀ ਲੋੜ ਹੈ ਤੂੰ ਮਗਰੂ ਲਾ ਉਹਨਾਂ ਨੂੰ ਜਾਣਾ ਪਿਓ ਨੂੰ ਉਸ ਚਾਇਆ ਜਨਾਬ ਉਹ ਕਿਸ ਨਗਰੀ 'ਚ ਵਗ ਗਿਆ ਜੇ ਉਸ ਨਗਰੀ 'ਚ ਗਿਆ ਨਾ ਉਸ ਦੇ ਬਾਦਸ਼ਾਹ ਦੇ ਕੌਲ ਹੁੰਦੇ ਹਨ ਬਜੇ ਜਿਹੜਾ ਬੰਦਾ ਨਗਰੀ 'ਚ ਭਾਇਆ ਨਾ। ਅੱਛਾ ਉਹ ਜਾ ਬਾਦਸ਼ਾਹ ਦੇ ਲੈਣੇ ਬੰਬੇ ਜੀ ਉਹ ਗਿਆ ਉਸ ਪਿਓ ਤੇ ਆਇਆ ਮਾ ਕੇ ਫਜ਼ੂਰ ਸੱਚ ਪਧਿਆ ਫਜ਼ੂਰ ਤੇ ਗਿਆ ਦੋ ਰੋਟੀਆਂ ਲਈਆਂ ਇੱਕ ਪਿਓ ਨੂੰ ਖਵਾਈ ਇੱਕ ਆਪ ਖਾਧੀ ਉਸ ਖਾ ਪੀ ਕੇ ਜਨਾਬ ਦੇ ਭਾਇਆ ਗਿਆ ਨਹੀਂ ਹੋਇਆ ਸਾ ਕਿ ਪਿਓ ਮੈਂ ਮਜ਼ਦੂਰੀ 'ਤੇ ਜਾਂਦਾ ਪਿਆ ਅਤੇ ਤੋਂ ਜਿਹੜਾ ਨਾ ਜਾਣੇ ਸੁੱਤਾ ਪਿਆ ਰਹਿਣਾ ਸਕੇ ਠੀਕ ਹੋ ਮਾਲਿਸ਼ ਸ਼ਰੀਫ ਦੀ ਨਵਾਜ਼ ਵਾ ਕੇ ਤੁਰ ਗਿਆ ਉਹ ਮਜ਼ਦੂਰੀ ਤੋਂ ਵਾ ਗਿਆ ਜਿਹੜੇ ਮਜ਼ਦੂਰੀ 'ਤੇ ਗਿਆ ਨਾ ਮਿਸਤਰੀ ਨੂੰ ਸਾਖਿਆ ਘੰਟਾ ਮੈਂ ਲੇਟ ਆਉਣਾ ਅਤੇ ਘੰਟਾ ਮੈਂ ਜਿਹੜਾ ਅੱਗੇ ਜਾਵਣਾ ਜਾਣਾ ਚਲੋ ਤੂੰ ਡੇਢਾ ਨਾ ਦੇਣਾ ਬੇਟਾ ਅੱਠ ਪੈਸੇ ਦਿੱਤੀ ਰੱਖੀ ਦਿਹਾੜੀ ਉਹਦਾ ਕਿ ਅੱਲਾਹ ਦਾ ਕਰਨਾ ਜਿਹੜਾ ਬਣਿਆ ਉਸ ਬਾਦਸ਼ਾਹ ਦੀ ਨਗਰੀ ਦਾ ਜਿਹੜਾ ਨਾ ਅਤੇ ਬਾਦਸ਼ਾਹ ਉਸ ਪੋਤਰ ਕੋਲ ਉਸ ਤੱਕ ਦੀ ਆ ਉਸ ਦਾ ਕਹਿੰਦਾ ਕੋਈ ਚੰਗਾ ਜਿਹਾ ਲੜਕਾ ਗੋਲ ਸਾਡੀ ਧੀ ਜਵਾਨ ਹੈ ਅਸਾਂ ਬੁੱਢੇ ਹੋ ਗਿਆ ਅਤੇ ਬਾਦਸ਼ਾਹ ਹੀ ਦੀਵਾਨ ਧੀ ਵੀ ਦੀਵਾਨ ਸਾਡੀ ਨੌਕਰੀ ਕਰੇ ਸੀ ਬਾਦਸ਼ਾਹ ਘੋੜੇ 'ਤੇ ਚੜ੍ਹ ਗਿਆ ਜਨਾਬ ਉੱਥੇ ਆਇਆ ਨਾ ਉਹ ਝੂਰ ਪਿਓ ਅਤੇ ਨਵੇਂ ਦਾ ਮਾਲਸ਼ਾ ਮੂਲ ਛਕੜਾ ਕਰਦਾ ਅੱਲਾਹ ਦਾ ਕਰਨਾ ਜਨਾਬ ਇਹ ਬਣਿਆ ਕਿ ਉਸ ਬਾਦਸ਼ਾਹ ਵੇਖਿਆ ਵਾਪਸ ਹਟ ਗਿਆ ਜਨਾਬ ਉਸ ਤੋਂ ਸਵਾਣੀ ਪੁੱਛਿਆ ਬਾਦਸ਼ਾਹ ਦਾਦੀ ਪੇ ਮੈਂ ਦੱਸ ਮੈਂ ਜਬਦੇ ਗਿਆ ਉਸ ਆਖਿਆ ਘੋੜਾ ਜਿਹੜਾ ਨਾ ਮੁੰਡਾ ਹੋ ਗਿਆ ਅਤੇ ਘੋੜੇ ਸਫ਼ਰ ਨਹੀਂ ਕੀਤਾ ਮੈਂ ਘਰ ਜਾ ਸਕਦਾ ਉਸ ਆਖਿਆ ਠੀਕ ਹੈ ਜੀ ਦੂਆ ਦਿਨ ਮੈਂ ਮੋੜ ਘੋੜਾ ਲੱਗ ਆਇਆ ਸੁਬਹ ਜਨਾ ਉਹ ਜਿਹੜੀ ਪਿਓ ਨਵੀਂ ਤਾਂ ਗੱਤੀ ਹੈ ਮਾਲਿਸ਼ ਮੁਲਿਸ਼ ਗੱਤੀ ਪਿਓ ਦੀ ਕਰਿੰਦਾ ਜਨਾ ਅਤੇ ਰੋਟੀ ਆਉਂਦੀ ਸੀ ਰੋਟੀ ਖਵਾਈ ਸੀ ਬਾਦਸ਼ਾਹ ਵੇਖ ਰਿਹਾ ਬਾਦਸ਼ਾਹ ਵੇਖ ਕੇ ਵਾਪਸ ਹਟ ਕੇ ਅੱਲਾਹ ਦਾ ਜਨਾਬ ਕਰਨਾ ਐਸਾ ਬਣਿਆ ਕਿ ਤ੍ਰੀਏ ਦਿਹਾੜੇ ਬਾਦਸ਼ਾਹ ਵਜ਼ੀਰ ਨੂੰ ਗੱਲਿਆ ਜਾ ਉਸ ਲੜਕੇ ਨੂੰ ਸਾਧ ਲਿਆ ਜਾ ਲੜਕਾ ਜਨਾਬ ਬੜਾ ਪਰੇਸ਼ਾਨ ਹੋ ਗਿਆ ਉਸ ਆਖਿਆ ਜਾ ਆ ਜਾ ਜੇ ਬਾਦਸ਼ਾਹ ਦੀ ਨਗਰੀਅਤ ਮੈਂ ਆਇਆ ਬਾਦਸ਼ਾਹ ਤਾਂ ਮੈਂ ਆਖਣਾ ਵੀ ਮੈਂ ਤੇਰੀ ਨਗਰੀਅਤ ਆਇਆ ਮੇਰੀ ਹਿਫਾਜ਼ਤ ਕਰੀ ਬਾਦਸ਼ਾਹ ਮੇਰਾ ਸਿਰ ਕਲਮ ਕਰ ਛੱਡ ਲਾ ਮੈਂ ਕੀ ਕਰਾਂ ਜਾ ਉਸ ਆਖਿਆ ਚੱਲ ਉਹ ਤੁਰ ਪਿਆ ਜਨਾਬ ਗਿਆ ਘਰ ਬਾਦਸ਼ਾਹ ਉਹਨਾਂ ਕਿਹਾ ਚੰਗਾ ਇਹ ਕੋਈ ਜੀ ਬੈਠੀ ਇੱਕ ਬਾਦਸ਼ਾਹ ਦਾਦੀ ਬੈਠੀ ਹੈ ਕਿ ਨਾ ਬਾਦਸ਼ਾਹ ਬੈਠਾ ਵਜ਼ੀਰ ਉਹਦੀ ਬਾਹਰ ਗੇਟ 'ਤੇ ਹੋ ਗਿਆ ਉਹਦਾ ਕਿ ਪੁੱਤਰ ਸੱਜਿਆ ਤੇਰੇ ਇਸ ਤੋਂ ਤੇਰੇ ਰਿਸ਼ਤਾ ਦੇਵਣਾ ਪੋਤਰ ਮੈਂ ਇੱਥੇ ਕੋਈ ਨਹੀਂ ਤੇਰੇ ਪੋਤਰ ਬਣਾਉਣਾ ਤੂੰ ਮਿਹਰਬਾਨੀ ਕਰ ਉਸ ਆਖਿਆ ਠੀਕ ਹੈ ਮੇਰਾ ਪਿਓ ਪਿੱਛੇ ਬੈਠਾ ਪਿਓ ਦੀ ਜਾਇਦਾਦ ਮੈਂ ਲੈਣ ਦੇਗਾ ਉਸ ਨੇ ਘੋੜਾ ਗਿਆ ਵਜ਼ੀਰ ਲੈ ਗਿਆ ਘੋੜਾ ਬਾਦਸ਼ਾਹ ਜਨਾਬ ਜੀ ਤੁਰਨਾ ਤੁਰਿਆ ਜੋ ਆਪ ਪਿਓ ਦੇ ਚੜਾ ਲਿਆ ਉਸ ਘੋੜੇ 'ਤੇ ਵਾਪਸ ਲੈ ਕੇ ਉੱਥੇ ਆ ਗਿਆ ਬਾਦਸ਼ਾਹ ਦੇ ਘਰ ਉਸ ਪੁੱਛਿਆ ਵੀ ਹਾਂ ਜੀ ਉਹਦਾ ਕਹਿੰਦਾ ਤੇਰੇ ਪੁੱਤ ਨੂੰ ਲੜਕੀ ਦੇਣੀ ਹੈ ਬਾਦਸ਼ਾਹ ਦੇਣੀ ਸਾਡਾ ਵਾਲੀ ਵਾਰਸ ਬਣ ਗਿਆ ਸੀ ਉਸ ਆਖਿਆ ਠੀਕ ਹੈ ਜੀ ਅੱਲਾਹ ਦਾ ਜਿਹੜਾ ਕਰਨਾ ਬਣਿਆ ਜੀ ਉਹ ਪਰ ਨਹੀਂ ਗਿਆ ਜਿਸ ਲਈ ਉਹ ਪਰ ਨਹੀਂ ਗਿਆ ਜਨਾਬ ਉੱਥੇ ਉਹ ਵਸਦਾ ਪਿਆ ਜਿਹੜਾ ਅਸਾਂ ਪਿੱਛੇ ਇੱਥੇ ਵਸਦੇ ਪਿਆ ਉਸ ਪਿਓ ਦੀ ਖਿਦਮਤ ਕੀਤੀ ਅਸਾਂ ਆਖਿਆ ਬਈ ਪਿਓ ਹੁਣ ਗੱਲ ਪਿਆ ਕਰਦਾ ਪਿਓ ਸਾਨੂੰ ਕਰਨ ਦੇ ਜੇ ਮਾਂ ਬੋਲੇ ਤਾਂ ਸਦਨ ਕਰਾਂ ਤੇ ਤੂੰ ਨਾ ਕਰ ਮਾਂ ਆ ਹੈ ਸਾਡੇ ਹਾਲ ਆ ਗਏ ਨੇ ਇਹ ਰਿਵਾਜ ਇਹ ਰਿਵਾਜ ਆ ਗਏ ਨੇ ਇਹ ਬੰਦੇ ਆ ਗਏ ਨੇ ਜੇ ਮਾਂ ਤੂੰ ਬੁੱਢੀਆਂ ਬਾ ਤੂੰ ਬੁੱਢਾ ਚੁੱਪਰਾ ਕਾਲਾ ਸਾ ਖੰਨੀ ਹਾਂ ਅੱਗੇ ਪਿਓ ਮਾਂ ਦੇ ਇਤਨੇ ਇਤਰਾਮ ਉਹਦੇ ਬੁਰਬਾ ਬੋਲਦੇ ਜਾਂਦਾ ਕੀਤਾ ਮੱਝੀ ਜਾਂਦੀ ਸੀ ਕੋਈ ਘੋੜੀ ਸੀ ਇੱਕ ਪਾਸੇ ਪਿਓ ਇੱਥੇ ਇੱਕ ਪਾਸੇ ਬੁਰਬਾ ਪਹੁੰਚਦਾ
अल्लाह दी बाह फाड़ ले जे।